ਅਸਲਾਮ ਵਾਲੇਕੁਮ ਨਾਜ਼ਰੀਨ, ਮੇਰੇ ਚੈਨਲ ਦੇਸੀ ਐਗਰੀਕਲਚਰ ਦੇ ਵਿੱਚ ਖੁਸ਼ਾਮਦੀਦ। ਮੈਂ ਜੁਨੇਦ ਅਲੀ ਜਨਾਬ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਮੈਂ ਇੱਕ ਬਲੈਤਨ ਗਾਈ ਅਤੇ ਇੱਕ ਮੱਝ ਲਈ ਹੈ ਦਾਦੀ। ਉਹ ਬਲੈਤਨ ਗਾਈ ਨੂੰ ਜਿਹੜਾ ਵੱਡਾ ਉਹਦਾ ਰਿਕੁਆਇਰਮੈਂਟ ਹੈ, ਉਹ ਕਿਉਂਕਿ ਹਾਈਫਰ ਗਾਈ ਹੈ, ਜ਼ਿਆਦਾ ਦੁੱਧ ਦੇਣ ਵਾਲਾ ਜਾਨਵਰ ਹੈ, ਉਹਨੂੰ ਵੰਡਾ ਵੀ ਉਸ ਹਿਸਾਬ ਦਾ ਅੱਛਾ ਚਾਹੀਦਾ ਵੀ ਇੰਟਰਨੈਸ਼ਨਲ ਫਾਰਮੂਲੇ ਵਾਲਾ। ਉਸ ਗਾਈ ਦੀ ਰਿਕੁਆਇਰਮੈਂਟ ਦੇ ਮੁਤਾਬਕ 36 ਬਾਰ ਫੀਡ ਜਿਹੜੀ ਹੈ ਵੰਡਾ ਤਿਆਰ ਕਰਦੀ ਹੈ, ਅਤੇ ਉਹ ਸਾਡੇ ਸਿਆਲਕੋਟ ਤੋਂ ਨਹੀਂ ਮਿਲਿਆ ਵੱਡਾ ਮੈਨੂੰ, ਅਤੇ ਹੁਣ ਮੈਨੂੰ ਪੈਣਾ ਜਾਣ ਡਿਆ ਵੇ ਗੁਜਰਾਤ ਲੰਬੜਾ ਪਿੰਡ ਹੈਗਾ ਕੇਸ਼ਰ, ਉਹਦੀ ਮੈਂ ਸਿਲੈਕਟ ਕੀਤੀ ਹੈ ਅਤੇ ਉਹ ਤਕਰੀਬਨ ਉਹ ਬਣਿਆ ਮੈਂ 48 ਕਿਲੋਮੀਟਰ, ਉਹ ਜਰਾ ਹੁਣ 48 ਕਿਲੋਮੀਟਰ ਦੌੜ ਅਸੀਂ ਚੱਲੇ ਹਾਂ। ਆ ਗਿਆ ਪੈਟਰੋਲ ਪੰਪ, ਆ ਗਿਆ ਹੁਣ ਤੇਲ ਪਵਾ ਲਈਏ। ਅਸਲਾਮ ਵਾਲੇਕੁਮ, ਰਸਤੇ ਚ ਮਾਸ਼ਾਲਾ ਜੀ ਸਾਇਲਜ ਬਣ ਰਿਹਾ ਵੇ, ਮੈਂ ਕਿਹਾ ਤੁਹਾਨੂੰ ਵਿਖਾ ਦੇਈਏ, ਕਮਰਸ਼ੀਅਲ ਲੈਵਲ ਤੇ ਕੰਮ ਹੋ ਰਿਹਾ ਮਾਸ਼ਾਲਾ। ਜਿਹੜੀ ਧਾੜਿਆ ਇਹਨਾਂ ਨੇ ਪ੍ਰੈਸ ਕਰਕੇ ਤੇ ਇਹਨੂੰ ਕਵਰ ਕਰ ਲਿਆ ਵੇ, ਹੁਣ ਪ੍ਰੈਸ ਕਰ ਦੇਣਾ ਵੇ ਇਨਸ਼ਾਲਾ। ਅਸਾਂ ਵੀ ਸਾਇਲਜ ਬਣਾਉਣਾ ਵੇ, ਸਾਡਾ ਤਾਂ ਛੋਟਾ ਲੈਵਲ ਹੀ ਹੁੰਦਾ ਵੇ, ਉਹ ਵੀ ਤੁਹਾਨੂੰ ਇਨਸ਼ਾਲਾ ਵਹਾਵਾਂਗੇ ਆਪਣੇ ਚੈਨਲ ਤੇ। ਕਿੰਨਾ ਕਿਲਿਆ ਜੀ ਕਹੀ ਜੇ? ਅੱਛਾ ਜੀ, ਅਲਹਮਦੁਲਿਲਾ ਜੀ, ਇਸ ਟਾਈਮ ਮੈਂ ਮੌਜੂਦ ਹਾਂ ਸ਼ਹਬਾਜ਼ਪੁਰ ਪੁਲ ਤੇ। ਆਹ ਪੁਲ ਕ੍ਰਾਸ ਕਰਕੇ ਤੇ ਸਮਝ ਲਓ ਕਿ ਅਸਾਂ ਗੁਜਰਾਤ ਦੇ ਵਿੱਚ ਐਂਟਰ ਹੋ ਜਾਣਾ। ਤੁਹਾਨੂੰ ਖਲੋ ਕੇ ਥੋੜ੍ਹਾ ਪਾਣੀ ਸ਼ਾਣੀ ਦਾ ਨਜ਼ਾਰਾ ਲਾਈਏ। ਵੇਖੋ ਜੀ ਮਾਸ਼ਾਅੱਲਾ ਪਾਣੀ ਤੇ ਆ ਰਿਹਾ ਵੇ ਆਪਣਾ ਹੈਗਾ ਅਗਲੀ ਸਾਈਡ ਤੇ, ਲੇਕਿਨ ਪਾਣੀ ਬਹੁਤ ਘੱਟ ਹੈ। ਇਹ ਸਮਝ ਲਓ ਕਿ ਪਾਕਿਸਤਾਨ ਦਾ ਦੂਸਰਾ ਜਿਹੜਾ ਵੇ ਵੱਡਾ ਦਰਿਆ ਵੇ, ਪਹਿਲੇ ਨੰਬਰ ਤੇ ਦਰਿਆ ਸਿੰਧ ਤੇ ਆ ਦੂਸਰੇ ਨੰਬਰ ਤੇ ਦਰਿਆ ਚਨਾਬ, ਲੇਕਿਨ ਪਾਣੀ ਨਾ ਹੁੰਦੇ ਬਰਾਬਰ। ਸਮਝ ਲਓ ਕਿ ਅੰਗਰੇਜ਼ ਨੇ ਜਿਹੜਾ ਡਿਵਾਈਡ ਕੀਤਾ ਸੀ ਨਾ ਪੰਜਾਬ ਨੂੰ ਆਪਣੇ ਜਿਸ ਮਕਸਦ ਲਈ, ਉਹਦਾ ਮਕਸਦ ਪੂਰਾ ਹੋਣ ਡਿਆ ਵੇ। ਪਿੱਛੇ ਜਨਾਬ ਇੰਡੀਆ ਨੇ ਕਬਜ਼ੇ ਕਰ ਲਏ ਨੇ ਸਾਡੇ ਪਾਣੀ ਤੇ, ਤੇ ਚਲੋ ਕੋਈ ਨਹੀਂ ਅਲਹਮਦੁਲਿਲਾ। ਅਲਹਮਦੁਲਿਲਾ ਜੀ ਪਹੁੰਚ ਗਿਆ ਅਸੀਂ ਆਪਣੀ ਮੌਕਾ ਵਾਰਦਾਤ ਤੇ। ਇਹ ਪਿੰਡ ਲਾਂਬੜੇ ਦਾ ਲੱਗ ਗਿਆ, ਲੱਭ ਗਿਆ ਸਾਨੂੰ ਤਸਤੀ, ਤੇ ਇਹ ਜਿਹੜੀ ਸੜਕ ਆ ਲਾਂਬੜਾ ਪਿੰਡ ਜਾਂਦੀ ਹੈ। ਅਲਹਮਦੁਲਿਲਾ ਜੀ ਪਹੁੰਚ ਗਿਆ ਛੱਜੀ ਮਾਰ ਦੀ ਬ੍ਰਾਂਚ ਅਲ ਰਹਿਮਾਨ ਟਰੇਡਰ ਤੇ। ਇਹ ਮਾਸ਼ਾਅੱਲਾ ਜੀ ਵੱਡਾ ਹੁਣ ਅਸੀਂ ਪੇਮੈਂਟ ਕਰਕੇ ਤੇ ਇਨਸ਼ਾਅੱਲਾ ਬਿਸਮਿਲ੍ਲਾ ਜੀ 13 ਦਾ ਹੈ। ਮਾਸ਼ਾਅੱਲਾ ਜੀ ਜਿਨ੍ਹਾਂ ਕੋਲ ਵੰਡਾ ਲੈਣ ਆਏ ਆ ਉਹਨਾਂ ਨੇ ਮਾਸ਼ਾਅੱਲਾ ਆਪੇ ਵੀ ਫਾਰਮ ਰਹਿਆ ਵੇ, ਤੇ ਛੱਜੀ ਮਾਰ ਵੰਡਾ ਹੀ ਸੰਭਾਲ ਕਰਵਾਉਣ ਡੇ ਉਹਨਾਂ ਨੂੰ, ਤੇ ਮਾਸ਼ਾਅੱਲਾ ਛੱਜੀ ਮਾਰ ਦਾ ਰੱਡ ਸੋਹਣੇ ਜਾਨਵਰ ਮਾਸ਼ਾਅੱਲਾ। ਇਹ ਵੇਖੋ ਇਹ ਕਾਫ ਕਾਟਰ ਖਾਂਦਾ ਵੇ ਛੱਜੀ ਮਾਰ, ਤੇ ਮਾਸ਼ਾਅੱਲਾ ਫਿਰ ਚੈੱਕ ਕਰੋ ਇਹਦੀ ਵੀ ਜਵਾਨ ਦੀ। ਤੇ ਇਹ ਜਨਾਬ ਇੱਥੇ ਆ ਪਈ ਆ ਖੁੱਲ੍ਹਾ ਛੱਜੀ ਮਾਰ। ਅਲਹਮਦੁਲਿਲਾ ਜੀ ਤਿੰਨੇ ਥੋੜ੍ਹੇ ਸਾਰ ਰੱਖ ਲਏ ਨੇ ਆਪਣਾ ਮੋਟਰਸਾਈਕਲ ਤੇ, ਤੇ ਹੁਣ ਫਿਰ ਸਾਡੀ 50-48 ਕਿਲੋਮੀਟਰ ਜਿਹੜਾ ਮੈਂ ਅੱਜ ਦੱਸਿਆ ਸੀ ਉਹਦੀ ਪਰਵਾਹ ਸੀ ਉਹ ਲੱਗੇ ਇਨਸ਼ਾਅੱਲਾ। ਜਗਾੜ ਵੇਖੋ ਸਾਡਾ, ਕਿਉਂਕਿ ਢੋਆ ਢੋਆਈ ਦਾ ਕੰਮ ਸਾਡਾ ਲੱਗਾ ਹੀ ਰਹਿੰਦਾ। ਅਲਹਮਦੁਲਿਲਾ ਜੀ 3 ਤੋੜੇ ਲੈ ਕੇ ਆਏ ਸਾਂ, ਤੇ 2 ਤੋੜੇ ਘਰ ਰੱਖ ਦਿੱਤੇ ਨੇ ਤੇ 1 ਤੋੜਾ ਸਾਈਕਲ ਤੇ ਲੋਡ ਕਰ ਲਿਆ ਵੇ ਆ ਪਿੱਛੇ। ਇਹ ਜਨਾਬ ਸਾਨੂੰ ਮਿਲਿਆ ਵੇ 4250 ਰੁਪਏ ਦਾ ਤੋੜਾ, ਤੇ ਦਿਹਾੜੀ ਭੰਨ ਕੇ ਮੈਂ ਉੱਥੇ ਗਿਆ ਵਾਂ, ਤੇ ਉੱਥੋਂ ਫਿਰ ਨਾਲ 500 ਰੁਪਏ ਦਾ ਤੇਲ ਵੀ ਲਾਇਆ ਵੇ। ਇਹ ਗਰਮੀ ਅੱਜ ਹੀ 42 ਡਿਗਰੀ ਸੈਂਟੀਗ੍ਰੇਡ, ਤੇ ਇਸ ਤੋੜੇ ਦੇ ਵਿੱਚ ਕੀ ਐਡੀ ਖੂਬੀ ਹੈ ਜਿਹੜਾ ਮੈਂ ਐਡੀ ਮਿਹਨਤ ਵਾਲਾ ਤੋੜਾ ਲੈ ਕੇ ਆਇਆ ਵਾਂ। ਅਗਲੀ ਵਲੌਗ ਦੇ ਵਿੱਚ ਇਨਸ਼ਾਅੱਲਾ ਉਹਦੇ ਬਾਰੇ ਦੱਸਾਂਗੇ, ਤੇ ਅੱਜ ਤੱਕ ਲਈ ਬਸ ਇੰਨਾ ਹੀ।
ਦੁਆਵਾਂ ਜੀ, ਯਾਦ ਰੱਖਿਓ। ਅਸਲਾਮ ਵਾਲੇਕੁਮ ਵਰਹਮਤੁਲਾਹ ਵਬਰਕਾਤ।